ਸਤਿ ਸ਼੍ਰੀ ਅਕਾਲ ਜੀ। ਰੋਜ਼ਾਨਾ ਸਪੋਕਸਮੈਨ ਦੇ ਨਾਲ ਜੁੜੇ ਤੁਸੀਂ ਅਤੇ ਮੈਂ ਹਾਂ ਸਰਵਣ। ਇਸ ਵਕਤ ਅਕਾਲ ਤਖਤ ਸਾਹਿਬ ਦੇ ਬਾਹਰ ਮੌਜੂਦ ਹਾਂ, ਜਿੱਥੇ ਕਿ ਸਮੁੱਚੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇਣ ਲਈ ਪਹੁੰਚੀਆਂ ਨੇ। ਬਹੁਤ ਉਦਾਹਰਨ ਪੇਸ਼ ਕੀਤੀ ਜਾਂਦੀ ਹੈ ਕਿ ਅਕਾਲੀ ਫੂਲਾ ਸਿੰਘ ਤੋਂ ਲੈ ਕੇ ਬਾਹਰ ਕਦੀ ਵੀ ਕੋਈ ਫੈਸਲਾ ਕਿਸੇ ਜਥੇਦਾਰ ਨੇ ਆਪਣੇ ਆਪ ਨਹੀਂ ਕੀਤਾ, ਹਮੇਸ਼ਾ ਫੈਸਲੇ ਪੰਥ ਕਰਦਾ ਆ ਆਪਣੀ ਜੁਗਤ ਅਨੁਸਾਰ। ਜਥੇਦਾਰ ਸਿਰਫ ਅਨਾਊਂਸ ਕਰਦੇ ਆ ਪੰਥ ਦੇ ਕੀਤੇ ਹੋਏ ਫੈਸਲੇ। ਗੁਰਮਤਾ ਪੰਥ ਕਰਦਾ ਥੱਲੇ, ਜਥੇਦਾਰ ਅਨਾਊਂਸ ਕਰਦਾ। ਉਹ ਜਥੇਦਾਰ ਅਕਾਲੀ ਫੂਲਾ ਸਿੰਘ ਹੋਵੇ, ਨਵਾਬ ਕਪੂਰ ਸਿੰਘ ਹੋਵੇ, ਕੋਈ ਵੀ ਜਥੇਦਾਰ ਹੋਵੇ, ਜਥੇਦਾਰ ਪੰਜ ਸਿੰਘ ਸਾਹਿਬਾਨਾਂ ਕੋਲ ਇਹ ਪਾਵਰ ਨਹੀਂ ਕਿ ਉਹ ਪੰਥ ਦੇ ਵਿਹਾਵ 'ਤੇ ਫੈਸਲਾ ਕਰ ਸਕਣ। ਫੈਸਲਾ ਪੰਥ ਨੇ ਕਰਨਾ। ਇਹਨਾਂ ਨੇ ਪੰਥ ਦੀਆਂ ਭਾਵ ਜਿਵੇਂ ਨਿਰੰਕਾਰੀ ਜਦੋਂ ਕਾਂਡ ਹੋਇਆ ਸੀ ਉਦੋਂ ਫੈਸਲਾ ਪੰਜ ਸਿੰਘ ਸਾਹਿਬਾਨਾਂ ਨੇ ਕੀਤਾ ਸੀਗਾ, ਲੇਕਿਨ ਪਹਿਲਾਂ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਦਾ ਇਕੱਠ ਸੱਦਿਆ ਸੀ। ਉਹਦੇ ਰਹਿ ਨਾਲ ਜਿਹੜਾ ਇੱਕ ਗੁਰਮਤਾ ਹੋਇਆ ਉਹੀ ਜਿਹੜਾ ਪੰਥ ਨੂੰ ਸੁਣਾਇਆ ਗਿਆ, ਉਹ ਸਾਰੇ ਪੰਥ ਨੇ ਮੰਨਿਆ ਸੀਗਾ। ਕਿਤੇ ਨਾ ਕਿਤੇ ਇਹ ਸੋਚਦੇ ਨੇ ਵੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਅੱਜ ਦੇ ਦੌਰ ਵਿੱਚ ਵੇਖਿਆ ਜਾਵੇ ਤਾਂ ਸਾਰਾ ਹੀ ਜਿਹੜਾ ਪੰਥ ਆ ਇੱਕ ਤਰ੍ਹਾਂ ਨਾਲ ਸੁਖਬੀਰ ਬਾਦਲ ਦੇ ਖਿਲਾਫ਼ ਚੱਲ ਰਿਹਾ, ਸ਼ਾਇਦ ਇਸ ਕਰਕੇ ਜਿਹੜੀ ਪੰਥ ਦੀ ਸਲਾਹ ਨਹੀਂ ਲਈ ਜਾ ਰਹੀ। ਨਹੀਂ, ਉਹ ਮਸਲਾ ਸੁਖਬੀਰ ਬਾਦਲ ਦਾ ਨਹੀਂ ਹੈਗਾ। ਸੁਖਬੀਰ ਬਾਦਲ ਤਾਂ ਇੰਡੀਵਿਜੁਅਲ ਹੈ, ਅੱਜ ਹੈਗਾ ਕੱਲ੍ਹ ਨੂੰ ਸਾਈਡ 'ਤੇ ਹੋ ਸਕਦਾ, ਪੋਲੀਟੀਕਲੀ ਉਹ ਵੈਸੇ ਵੀ ਡਾਊਨ ਚਲੇ ਗਏ ਆ। ਇਹ ਜਿਹੜਾ ਮਸਲਾ ਇਹ ਉਹ ਤਾਂ ਫੈਸਲਾ ਜਦੋਂ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਹੋਣਗੇ ਵੈਸੇ ਹੱਲ ਹੋ ਜਾਣਾ। ਇਹ ਫੈਸਲਾ ਹੈਗਾ ਵਿਧੀ ਵਿਧਾਨ ਦਾ। ਇਹ ਕੱਲ੍ਹ ਨੂੰ ਇੱਕ ਜਿਹੜਾ ਅੱਜ ਅਸੀਂ ਬਾਗੀ ਗਰੁੱਪ 'ਚ ਹਾਂ, ਕੋਈ ਬੰਦਾ ਵੀ ਕੱਲ੍ਹ ਨੂੰ ਕਾਬਜ਼ ਹੋ ਜਾਂਦਾ ਆ, ਉਹ ਫੈਸਲੇ ਉਸੇ ਤਰ੍ਹਾਂ ਹੀ ਕਰੇਗਾ ਜਿਸ ਤਰ੍ਹਾਂ ਪਹਿਲਾਂ ਹੋ ਰਹੇ ਆ। ਸੋ ਉਹ ਫੈਸਲੇ ਵਿਧੀ ਵਿਧਾਨ ਦੇ ਸੰਬੰਧਿਤ ਨੇ। ਉਹ ਕੋਈ ਵੀ ਆ ਜਾਵੇ, ਕੱਲ੍ਹ ਨੂੰ ਸਿਮਰਜੀਤ ਮਾਨ ਆ ਜਾਵੇ, ਕੋਈ ਹੋਰ ਗਰੁੱਪ ਆ ਜਾਵੇ, ਉਹ ਫੈਸਲੇ ਉਹ ਸਾਰੇ ਜਿਹੜੀਆਂ ਜਥੇਬੰਦੀਆਂ ਨੇ ਅੱਜ ਤੱਕ ਜਿਹੜਾ ਫਨੋਮਨਾ ਚੱਲਦਾ, ਹਰੇਕ ਆਪਣੀ ਜੇਬ 'ਚੋਂ ਜਥੇਦਾਰ ਲਾਉਣਾ ਚਾਹੁੰਦਾ, ਆਪਣੀ ਹਿਸਾਬ ਨਾਲ ਫੈਸਲੇ ਕਰਾਉਣਾ ਚਾਹੁੰਦਾ, ਇਹ ਨਹੀਂ ਹੋਣਾ ਚਾਹੀਦਾ। ਫੈਸਲੇ ਪੰਥ ਦੇ ਹੋਣੇ ਚਾਹੀਦੇ ਨੇ, ਉੱਤੇ ਸੱਤਾ ਦੇ ਵਿੱਚ ਭਾਵੇਂ ਸਿਮਰਜੀਤ ਮਾਨ ਹੋਵੇ ਜਾਂ ਕੱਲ੍ਹ ਨੂੰ ਅੰਮ੍ਰਿਤਪਾਲ ਦਾ ਗਰੁੱਪ ਆ ਜਾਵੇ, ਪਰਸੋਂ ਨੂੰ ਹੋਰ ਦਾ ਆ ਜਾਵੇ, ਲੇਕਿਨ ਵਿਧੀ ਵਿਧਾਨ ਨਹੀਂ ਬਦਲਣਾ ਚਾਹੀਦਾ। ਉਹ ਵਿਧੀ ਵਿਧਾਨ ਜਿਹੜਾ ਸੀ ਅਕਾਲ ਤਖਤ ਦਾ ਪਿਛਲੇ 2-3 ਦਹਾਕਿਆਂ ਤੋਂ ਇਗਨੋਰ ਕੀਤਾ ਜਾ ਰਿਹਾ ਲਗਾਤਾਰ, ਉਹ ਨਹੀਂ ਹੋਣਾ ਚਾਹੀਦਾ, ਬੰਦ ਹੋਣਾ। ਘਟਨਾਵਾਂ ਵੱਡੀਆਂ ਵਾਪਰੀਆਂ ਸੀਗੀਆਂ, ਬੜਗਾਰੀ ਕਾਂਡ ਹੋਇਆ, ਕੋਟਕਪੁਰਾ ਗੋਲੀ ਕਾਂਡ ਹੋਇਆ, ਸੌਦਾ ਸਾਹਿਬ ਨੂੰ ਮਾਫੀ ਦਿੱਤੀ ਗਈ, ਔਰ ਹੁਣ ਕਹਿੰਦੇ ਨੇ ਕਿ ਸਾਡੇ ਕੋਲ ਗਲਤੀਆਂ ਹੋ ਗਈਆਂ, ਸਾਨੂੰ ਮਾਫ ਕੀਤਾ ਜਾਵੇ। ਲੱਗਦਾ ਕਿ ਮਾਫੀ ਕਾਫੀ ਹੈ, ਸਿਰਫ ਮੰਗ ਲੈਣੀ ਸ਼ਬਦਾਂ ਰਾਹੀਂ? ਇਹ ਤਾਂ ਪੰਥ ਦੇ ਜਿਹੜੇ ਤੁਹਾਡੇ ਕੋਲ ਪੈਰਾਮੀਟਰ ਉਹਨਾਂ 'ਚ ਲਾ ਲਓ। ਜੇ ਪੰਥ ਨੇ ਮਾਫ ਕਰ ਦਿੱਤਾ ਹੁੰਦਾ ਤਾਂ ਜਲੰਧਰ 'ਚ 400 ਕੁਝ ਵੋਟਾਂ ਅਕਾਲੀ ਦਲ ਨੂੰ ਕਿਉਂ ਪੈਂਦੀਆਂ? ਜੇ ਪਈਆਂ ਤੇ ਮਤਲਬ ਪੰਥ ਨੇ ਮਾਫ ਨਹੀਂ ਕੀਤਾ, ਇਹ ਤਾਂ ਹੈ ਨਹੀਂ ਵੀ ਜਲੰਧਰ ਵਿੱਚ ਸਿਰਫ 400 ਕੁਝ ਸਿੱਖ ਹੀ ਰਹਿੰਦੇ ਆ। ਸਿੱਖਾਂ ਨੇ ਉਹ ਹਾਲੇ ਮਾਫ ਨਹੀਂ ਕੀਤਾ। ਪਹਿਲੀ ਗੱਲ ਹੈ, ਜਦੋਂ ਫੈਸਲਾ ਪੈਦਾ ਹੋਇਆ ਪਿਛਲੀਆਂ ਜਿਹੜੀਆਂ 2 ਇਲੈਕਸ਼ਨਾਂ ਨੇ ਉਹ ਸਾਰੀ ਲੀਡਰਸ਼ਿਪ ਦੀ ਅਗਵਾਈ ਥੱਲੇ ਲੜੀਆਂ ਗਈਆਂ, ਵੱਡਾ ਬਾਦਲ ਵੀ ਸੀਗਾ, ਪੰਥ ਨੇ ਉਦੋਂ ਰਿਜੈਕਟ ਕੀਤਾ ਇਹਨਾਂ। ਅੱਜ ਜੇ ਸਾਰੇ ਇਕੱਠੇ ਵੀ ਹੋ ਜਾਣ ਫਿਰ ਵੀ ਅਕਾਲੀ ਦਲ ਦਾ ਬਹਾਲ ਹੋਣਾ ਔਖਾ ਆ। ਬਹਾਲ ਤਾਂ ਹੋਣਾ ਪਏਗਾ, ਸਟਰਕਚਰ ਚੇਂਜ ਹੋਏਗੀ ਆਪਣੇ ਵਿਧੀ ਵਿਧਾਨ ਚ। ਲੇਕਿਨ ਜਿਹੜਾ ਬਾਦਲ ਐਂਡ ਕੰਪਨੀ ਹੈ ਨਾ, ਇਹ ਬਾਦਲ ਦੀ ਇੱਕ ਕੰਪਨੀ ਹੈ, ਇਹ ਬਹਾਲ ਨਹੀਂ ਕਦੇ ਵੀ ਹੋਏਗੀ, ਕਿਉਂਕਿ ਇਹਨਾਂ ਨੇ ਬਹੁਤ ਇਹ ਸਾਡੀਆਂ ਲਾਸ਼ਾਂ ਤੇ ਕੁਰਸੀ ਡਾ ਕੇ ਬੈਠੇ ਆ। 1978 ਤੋਂ ਲੈ ਕੇ ਕਿੰਨੇ ਸਿੰਘ ਸ਼ਹੀਦ ਹੋ ਗਏ, ਉਹ ਸਾਰਿਆਂ ਦੀਆਂ ਲਾਸ਼ਾਂ ਤੇ ਇਹਨਾਂ ਨੇ DGP ਲਾਏ, ਇਹਨਾਂ ਨੇ SSP ਲਾਏ, ਉਹਨਾਂ ਨੇ ਸਾਡੇ ਕਤਲ ਕੀਤੇ ਸਿੱਖ ਨੌਜਵਾਨਾਂ ਦੇ, ਤੇ ਪ੍ਰਕਾਸ਼ ਸਿੰਘ ਬਾਦਲ ਉਹ ਤੋਂ ਕਿਵੇਂ ਬਚ ਸਕਦਾ, ਤੇ ਸੁਖਬੀਰ ਬਾਦਲ ਉਹਨੇ ਕਿਵੇਂ ਬਚ ਸਕਦੇ? ਜਿਹੜੀ ਬਾਗੀ ਗਰੁੱਪ ਹੈ ਇਹ ਵੀ ਸੱਤਾ ਦੇ ਵਿੱਚ ਹਾਜ਼ਰ ਤੇ, ਇਹ ਕਿਵੇਂ ਬਚ ਸਕਦੇ? DGP ਸੈਣੀ ਨੂੰ ਲਾਉਣ 'ਚ ਕਿਵੇਂ ਬਚ ਸਕਦੇ? ਇਜ਼ਹਾਰ ਆਲਮ ਨੂੰ ਸੱਤਾ 'ਚ ਲਿਆਉਣ ਤੋਂ ਕਿਵੇਂ ਹਟ ਸਕਦੇ? ਜਿਹੜੀ ਅੱਜ ਦਾ ਮਸਲਾ ਹੈ ਨਾ ਸਭ ਤੋਂ ਵੱਡਾ, ਉਹ ਇਹ ਹੈ ਕਿ ਜਿਹੜਾ 2007 ਜੋ ਹੁਕਮਨਾਮਾ ਜਾਰੀ ਕੀਤਾ, ਉਹ ਹੁਕਮਨਾਮੇ ਦੇ ਵਿੱਚ ਮੈਂ ਹਾਜ਼ਰ ਸੀ ਦਮਦਮਾ ਸਾਹਿਬ, ਉਹ ਸਿਰਫ ਜਗਿੰਦਰ ਸਿੰਘ ਬਦੰਤੀ ਗਿਆਨੀ ਉਦੋਂ ਜਥੇਦਾਰ ਸੀ ਅਕਾਲ ਤਖਤ ਦੇ, ਉਹਨਾਂ ਨੇ ਸਿਰਫ ਉਹ ਜਾਰੀ ਕੀਤਾ ਆਪਦੀ ਸਟੈਂਪ ਥੱਲੇ, ਲੇਕਿਨ ਉਹ ਪੰਥਕ ਜਥੇਬੰਦੀਆਂ ਦਾ ਫੈਸਲਾ ਸੀ। ਦਮਦਮਾ ਸਾਹਿਬ ਜਿਹੜੇ 10ਵੇਂ ਪਾਤਸ਼ਾਹ ਦਾ ਬੁੰਗਾ ਹੈ, ਉਹਦੇ 'ਚ ਬਹਿ ਕੇ ਸਾਰੀ ਜਥੇਬੰਦੀਆਂ ਦਾ ਇਕੱਠ ਹੋਇਆ ਸੀ, ਉਹ ਇਕੱਠ ਹੋ ਕੇ ਉੱਥੇ ਬਕਾਇਦਾ ਹੁਕਮਨਾਮਾ ਉੱਥੋਂ ਲਿਖਿਆ ਗਿਆ ਸੀ।
ਉਹ ਲਿਖਣ ਵਾਲਾ ਬੰਦਾ ਵੀ ਅੱਜ ਸਾਡੇ ਕੋਲ ਮੌਜੂਦ ਹੈ, ਅਜੇ ਤੱਕ ਉਹ ਚੜ੍ਹਾਈ ਨਹੀਂ ਕਰ ਗਏ, ਅਜੇ ਜਿਉਂਦੇ ਬੈਠੇ ਨੇ। ਅਤੇ ਜੇ ਹੁਣ ਇੱਕ ਬੰਦਾ ਬਰਕਾਸੀ ਬਾਦਲ ਨਹੀਂ ਹੈਗਾ ਤਾਂ ਬਾਕੀ ਤਾਂ ਪੰਥ ਤਾਂ ਜਿਉਂਦਾ, ਅਜੇ ਪੰਥ ਨੇ ਤਾਂ ਹਮੇਸ਼ਾ ਹੀ ਰਹਿਣਾ, ਅਸੀਂ ਨਹੀਂ ਰਹਿਣਾ ਤਾਂ ਪੰਥ ਨੇ ਤਾਂ ਰਹਿਣਾ ਆ ਸਾਰਿਆਂ ਨੇ। ਇਹ ਫੈਸਲਾ ਅੱਜ ਦਾ ਵੀ ਇਹੀ ਹੈ ਕਿ ਇੱਥੇ ਕਿ ਪੰਥਕ ਜਥੇਬੰਦੀਆਂ ਦਾ ਇਕੱਠ ਹੋਵੇ, ਉਹ ਇਕੱਠ ਹੋਣ ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਉਹ ਫੈਸਲਾ ਸੁਣਾਵੇ, ਫਿਰ ਪੰਥ ਮੰਨੂਗਾ। ਇਹ ਪੰਜ ਸਿੰਘਾਂ ਸਾਹਿਬਾਨਾਂ ਦਾ ਕਿਸੇ ਨੇ ਫੈਸਲਾ ਕੋਈ ਨਹੀਂ ਮੰਨਣਾ, ਇਹ ਬਹੁਤ ਵੱਡੀ ਗੱਲ ਹੈ। ਹਾਂਜੀ ਭਾਈ, ਨਾਮ ਦੱਸ। ਪ੍ਰੋਫੈਸਰ ਸ਼ਾਮ ਸਿੰਘ, ਜਿਹੜਾ ਅੱਜ ਪ੍ਰੋਫੈਸਰ ਸਾਹਿਬ ਇੱਥੇ ਇਕੱਠੇ ਹੋਏ ਨੇ, ਜਿਹੜਾ ਇੱਕ ਸੁਝਾਅ ਪੱਤਰ ਜਿਹਨੂੰ ਆਪਾਂ ਕਹਿ ਦੇ ਦਿੱਤਾ ਗਿਆ, ਕਿਵੇਂ ਦੇਖ? ਇਸ ਤਰ੍ਹਾਂ ਜੀ, ਇਹ ਇੱਕ ਸੁਚੇਤ ਕਰਨ ਦਾ ਤਰੀਕਾ ਹੈ, ਸਾਵਧਾਨ ਕਰਨ ਦਾ ਤਰੀਕਾ ਹੈ, ਤਾਂ ਕਿ ਇਹ ਸਾਰੇ ਦਾ ਮੇਨ ਮਕਸਦ ਇਹ ਹੈ ਕਿ ਦੋ ਧਿਰਾਂ ਨੂੰ ਲੈ ਕੇ, ਦੋ ਧਿਰਾਂ ਵੀ ਜਿਹੜੀਆਂ ਇੱਕ ਧਿਰ ਤੋਂ ਬਣੀਆਂ ਹੋਈਆਂ ਨੇ, ਜਿਨ੍ਹਾਂ ਨੇ ਮੇਰੇ ਸਾਥੀ ਕਹਿ ਰਹੇ ਸੀਗੇ, ਜਿਨ੍ਹਾਂ ਨੇ ਪਿਛਲੇ ਘੱਟੋ ਘੱਟ 96 ਤੋਂ ਲੈ ਕੇ ਬਹੁਤ ਰਾਜ ਭਾਗ ਮਾਣਿਆ, ਜਿਹੜਾ ਉਹ ਦੋਨੋਂ ਹੀ ਹੁਣ ਸਿਰਫ ਉਹਨਾਂ ਦਾ ਪੰਥਕ ਸੋਚ ਨਾਲ ਘੱਟ, ਪੰਥਕ ਵੋਟਾਂ, ਪੰਥ ਦੇ ਨਾਂ 'ਤੇ ਵੋਟਾਂ ਲੈਣ ਦਾ ਸਮੱਸਿਆ। ਇਸ ਕਰਕੇ ਸਾਰੀਆਂ ਧਿਰਾਂ ਜਿਹੜੀਆਂ ਇੱਥੇ ਜੁੜੀਆਂ ਨੇ, ਉਹਨਾਂ ਦਾ ਮੇਨ ਮਕਸਦ ਇਹ ਹੈ ਕਿ ਸਿੰਘ ਸਾਹਿਬਾਨ ਕਿਤੇ ਕਿਸੇ ਦੇ ਦਬਾਅ ਦੇ ਵਿੱਚ ਆ ਕੇ ਫੈਸਲਾ ਨਾ ਕਰ ਦੇਣ, ਭਾਵੇਂ ਜਿਨ੍ਹਾਂ ਦੇ ਵਿਰੁੱਧ ਦਿੱਤਾ ਹੋਵੇ ਉਹਨਾਂ ਦੇ, ਜਾਂ ਜਿਨ੍ਹਾਂ ਨੇ ਦਿੱਤਾ ਹੋਵੇ ਉਹਨਾਂ ਦੇ ਹੱਕ 'ਚ ਹੋ ਕਿਹਦੇ ਹੋ ਸਕਦਾ, ਇਹ ਨਾ ਕੀਤਾ ਜਾਵੇ। ਜਿਹੜੀ ਵੀ ਗੱਲ ਕਰਨੀ ਹੈ ਉਹ ਪੰਥਕ ਰਹਿਤ ਮਰਿਆਦਾ ਦੇ ਅਨੁਸਾਰ, ਪੰਥ ਦੀਆਂ ਸਾਰੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਦੀ ਸੋਚ ਅਨੁਸਾਰ, ਸੋਚ ਸਮਝ ਕੇ, ਸਾਰਿਆਂ ਦੀ ਰਾਏ ਲੈ ਕੇ ਫਿਰ ਉਸ ਨੂੰ ਗੱਲ ਨੂੰ ਕੀਤਾ ਜਾਵੇ, ਤਾਂ ਸਾਰੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ। ਲੰਬੇ ਸਮੇਂ ਬਾਅਦ ਜਿਹੜੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਇੱਥੇ ਪਹੁੰਚੀਆਂ ਨੇ, ਆਪਣਾ ਸੁਝਾਅ ਪੱਤਰ ਦਿੱਤਾ ਗਿਆ, ਲੱਗਦਾ ਕਿ ਹੁਣ ਅਕਾਲ ਤਖ਼ਤ ਸਾਹਿਬ ਤੋਂ ਸੁਤੰਤਰ ਫੈਸਲਾ ਆਵੇਗਾ, ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਦਾ ਕਬਜ਼ਾ ਜਿਹੜਾ ਸ਼ੁਰੂ ਤੋਂ ਰਿਹਾ, ਫੈਸਲੇ ਜਿੰਨੇ ਵੀ ਹੋਏ ਨੇ ਉਹਨਾਂ ਦੇ ਦਿੱਤੇ ਹੋਏ ਫੈਸਲੇ ਸ਼ੁਰੂ ਤੋਂ ਹੁਣ ਤੱਕ ਜਿਹੜੇ ਆ ਉਹ ਨਿਕਲਦੇ ਆਏ ਨੇ, ਇੱਥੋਂ ਤੱਕ ਕਿ ਪ੍ਰਧਾਨ ਜਥੇਦਾਰ ਵੀ ਉਹਨਾਂ ਦੇ ਲਿਫਾਫਿਆਂ ਵਿੱਚੋਂ ਨਿਕਲਦੇ ਆਏ ਨੇ, ਜੋ ਕਿ ਸਾਰਾ ਪੰਥੀ ਕਹਿੰਦਾ, ਪਰ ਲੱਗਦਾ ਕਿ ਇੱਥੋਂ ਫੈਸਲਾ ਸੁਤੰਤਰ ਨਿਕਲ ਸਕਦਾ? ਫੈਸਲਾ ਸੁਤੰਤਰ ਹਲੇ ਨਹੀਂ ਲੱਗਦਾ, ਇਹ ਲੱਗਦਾ ਕਿ ਜ਼ਰੂਰ ਇਸ ਗੱਲ ਦਾ ਪੰਥ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦਾ ਅਸਰ ਜ਼ਰੂਰ ਹੋਵੇਗਾ। ਉਹ ਅਸਰ ਦੇ ਨਾਲ ਜੇ ਇੱਕ ਪਹਿਲੀ ਗੱਲ ਤਾਂ ਇਹ ਇਸ ਤਰ੍ਹਾਂ ਜਾਪਦਾ ਕਿ ਇੰਨੀ ਛੇਤੀ ਫੈਸਲਾ ਨਹੀਂ ਹੋਵੇਗਾ, ਜਿਹੜੀਆਂ ਸੰਸਥਾਵਾਂ ਇਕੱਠੀਆਂ ਹੋਈਆਂ ਨੇ ਉਹਨਾਂ ਦਾ ਇਹ ਅਸਰ ਮੈਨੂੰ ਜਾਪਦਾ ਕਿ ਇੰਨੀ ਛੇਤੀ ਫੈਸਲਾ ਨਹੀਂ ਲਿਆ ਜਾਵੇਗਾ। ਜੇ ਲਿਆ ਜਾਵੇਗਾ ਤਾਂ ਆਉਣ ਵਾਲੇ ਜਿਹੜੇ ਸਮਾਂ ਹੈ ਉਹਦੇ ਵਿੱਚ ਮੁੜ ਕੇ ਇਹ ਜਥੇਬੰਦੀਆਂ ਜਾਂ ਪੰਥ ਦੇ ਵੱਖੋ ਵੱਖਰੇ ਨਵੇਂ ਦੇ ਜਿਹੜੇ ਨੇ ਉਹ ਫਿਰ ਕੋਈ ਨਾ ਕੋਈ ਸਾਰਥਕ ਢਾਂਚਾ ਤਿਆਰ ਕਰ ਸਕਦੇ ਨੇ, ਜਿਹਦੇ ਨਾਲ ਮੁੜ ਕੇ ਫਿਰ ਪੰਥ ਆਪਣੀਆਂ ਲੀਹਾਂ ਉੱਤੇ ਚੱਲ ਪਵੇ। ਹਲੇ ਛੇਤੀ ਕੋਈ ਉਮੀਦ ਨਹੀਂ ਹੈ, ਬਲਕਿ ਅਜੇ ਕੋਈ ਉਮੀਦ ਨਹੀਂ ਹੈ ਕਿ ਲੱਗਦਾ ਕਿ ਜਿਹੜੀ ਹੈ ਇਕੱਤਰ ਤਾਂ ਹੋਣ ਵਾਲੀ 'ਚ ਕੋਈ ਫੈਸਲਾ ਨਿਕਲ ਗਿਆ। ਹਾਂ, ਲੱਗਦਾ ਜੀ ਇੰਨੀ ਛੇਤੀ ਨਹੀਂ ਹੋਵੇਗਾ। ਹਾਂਜੀ, ਧੰਨਵਾਦ। ਬਿਲਕੁਲ ਜੀ, ਇਹ ਸਨ ਵੱਖ ਵੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ, ਔਰ ਜੇਕਰ ਗੱਲ ਕਰੀਏ ਤਾਂ ਕੁੱਲ ਮਿਲਾ ਕੇ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ, ਵੱਖ ਵੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ, ਜਥੇਬੰਦੀਆਂ ਦੇ ਕਹਿਣ ਦੇ ਮੁਤਾਬਕ ਕਿ ਜਿਹੜੀ 30 ਅਗਸਤ ਨੂੰ ਇਕੱਤਰਤਾ ਹੋਣੀ ਹੈ ਸਿੰਘ ਸਾਹਿਬਾਨਾਂ ਦੀ, ਮਹਿਜ ਸਿੰਘ ਸਾਹਿਬਾਨ ਜਿਹੜੇ ਆ ਉਹ ਫੈਸਲਾ ਨਾ ਸੁਣਾਉਣ, ਕਿਉਂਕਿ ਸਿੰਘ ਸਾਹਿਬਾਨਾਂ ਨੂੰ ਕੋਈ ਹੱਕ ਨਹੀਂ ਹੈ ਇਕੱਲਿਆਂ ਨੂੰ ਫੈਸਲਾ ਸੁਣਾਉਣ ਦਾ, ਪੰਥ ਦੀ ਜਿਹੜੀ ਆ ਉਹ ਰਾਏ ਲਈ ਜਾਵੇ, ਸਾਰੀਆਂ ਜਥੇਬੰਦੀਆਂ ਦੇ ਪੰਥਕ ਆਗੂਆਂ ਨੂੰ ਇੱਥੇ ਬੁਲਾਇਆ ਜਾਵੇ ਔਰ ਉਹਨਾਂ ਦੀ ਰਾਏ ਲਈ ਜਾਵੇ, ਉਸ ਤੋਂ ਬਾਅਦ ਕੋਈ ਫੈਸਲਾ ਜਿਹੜਾ ਸੁਣਾਇਆ ਜਾਵੇ। ਇਸ ਤੋਂ ਇਲਾਵਾ ਕੰਗਣਾ ਰਣੌਤ ਦੀ ਆ ਰਹੀ ਫਿਲਮ 'ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਕਿ ਹਮੇਸ਼ਾ ਹੀ ਜਿਹੜੀ ਕੰਗਣਾ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਹੈ, ਚਾਹੇ ਉਹ ਕਿਸਾਨੀ ਅੰਦੋਲਨ ਹੋਵੇ ਜਾਂ ਫਿਰ ਕੋਈ ਹੋਰ ਗੱਲ ਹੋਵੇ, ਆਪਣੇ ਫਿਲਮਾਂ ਰਾਹੀਂ ਜਾਂ ਆਪਣੇ ਬਿਆਨਾਂ ਰਾਹੀਂ ਅਕਸਰ ਹੀ ਜਿਹੜਾ ਉਹ ਜ਼ਹਿਰ ਉਗਲਦੀ ਆਈ ਆ ਔਰ ਇਸ 'ਤੇ ਪੱਕੀ ਨਕੇਲ ਜਿਹੜੀ ਕਸਣੀ ਜ਼ਰੂਰੀ ਆ। ਫਿਲਹਾਲ ਸਭ ਤੋਂ ਵੱਡਾ ਮੁੱਦਾ ਰਾਜਨੀਤਿਕ ਪਾਰਟੀਆਂ ਤੋਂ ਜਿਹੜਾ ਅਕਾਲ ਤਖ਼ਤ ਸਾਹਿਬ ਨੂੰ ਮੁਕਤ ਕਰਨਾ ਔਰ ਸਿੱਧੇ ਤੌਰ 'ਤੇ ਬਾਦਲ ਦਲ ਤੋਂ ਜਿਹੜਾ ਮੁਕਤ ਕਰਨ ਦੀ ਗੱਲ ਜਿਹੜੀ ਇੱਥੇ ਕਹੀ ਗਈ ਹੈ, ਕਿਉਂਕਿ ਕਿਤੇ ਨਾ ਕਿਤੇ ਪੰਥਕ ਦਰਦੀਆਂ ਨੂੰ ਵੀ ਇਹ ਡਰ ਸਤਾ ਰਿਹਾ, ਇਹ ਕਿਤੇ ਫਿਕਰ ਜਿਹੜਾ ਆਪਾਂ ਕਹਿੰਦਾ ਫਿਕਰ ਜਿਹੜਾ ਸਤਾ ਰਿਹਾ ਕਿ ਕਿਤੇ 30 ਅਗਸਤ ਨੂੰ ਹੋਣ ਵਾਲਾ ਫੈਸਲਾ ਜਿਹੜਾ ਉਹ ਬਿਲਕੁਲ ਹੀ ਉਸ ਤਰ੍ਹਾਂ ਦਾ ਨਿਕਲ ਕੇ ਨਾ ਆ ਜਾਵੇ, ਜਿਹੜਾ ਪੰਥ ਜਿਹੜਾ
ਉਹ ਨਹੀਂ ਚਾਹੁੰਦਾ। ਔਰ ਦੂਸਰੇ ਪਾਸੇ ਜਿਹੜੇ ਕਈ ਆਗੂ ਨੇ ਕਹਿਣਾ ਕਿ 30 ਅਗਸਤ ਨੂੰ ਫੈਸਲਾ ਆਉਣ ਵਾਲਾ ਨਹੀਂ ਹੈ, ਇਸ ਦੇ ਵਿੱਚ ਦੇਰੀ ਜਿਹੜੀ ਹੋ ਸਕਦੀ ਹੈ। ਖੈਰ ਹੁਣ 30 ਅਗਸਤ ਦੇ ਨਜ਼ਰਾਂ ਜਿਹੜੀਆਂ ਸਮੁੱਚੇ ਪੰਥ ਦੀਆਂ ਟਿੱਕੀਆਂ ਹੋਈਆਂ ਨੇ, ਸਮੁੱਚੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਣੀ, ਉਸ ਦੇ ਵਿੱਚ ਵੇਖਾਂਗੇ ਕਿ ਆਖਿਰ ਕੀ ਕੁਝ ਜਿਹੜਾ ਉਹ ਨਿਕਲ ਕੇ ਆਉਂਦਾ ਔਰ ਪੰਥ ਦੇ ਹਿੱਤਾਂ ਦਾ ਫੈਸਲਾ ਸੁਣਾਉਣ ਲੱਗਾ, ਕਿੰਨਾ ਕੁ ਖਿਆਲ ਜਿਹੜਾ ਉਹ ਰੱਖਿਆ ਜਾਂਦਾ। ਸਰਵਨ ਸਿੰਘ ਰੰਧਾਵਾ, ਸਪੋਕਸਮੈਨ ਟੀਵੀ ਲਈ, ਕੈਮਰਾਮੈਨ ਸਾਥੀ ਦੀਪਕ ਬਜਾਜ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ। ਗੱਲਬਾਤ ਵੀ ਕਰ ਲੈਂਦੇ ਹਾਂ ਜਿਹੜੇ ਇੱਥੇ ਸਿੰਘ ਸਾਹਿਬਾਨ ਪਹੁੰਚੇ ਨੇ ਉਹਨਾਂ ਦੇ ਨਾਲ ਕਿ ਆਖਿਰ ਕਿਸ ਚੀਜ਼ ਨੂੰ ਲੈ ਕੇ ਜਿਹੜਾ ਉਹ ਮੰਗ ਪੱਤਰ ਇਸ ਵਕਤ ਸੌਂਪਿਆ ਗਿਆ। ਫਿਲਹਾਲ ਤਸਵੀਰਾਂ ਅਕਾਲ ਤਖ਼ਤ ਸਾਹਿਬ ਦੇ ਬਾਹਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਵੀ ਬਾਬਾ ਜੀ ਦੇ ਨਾਲ ਕਰਦੇ ਹਾਂ, ਜਿਹੜੇ ਜਥੇਬੰਦੀਆਂ ਦੇ ਮੁਖੀ ਪਹੁੰਚੇ ਨੇ ਉਹਨਾਂ ਦੇ ਨਾਲ ਕਿ ਆਖਿਰ ਕਿਸ ਚੀਜ਼ ਨੂੰ ਲੈ ਕੇ ਜਿਹੜਾ ਉਹ ਮੰਗ ਪੱਤਰ ਫਿਲਹਾਲ ਦਿੱਤਾ ਗਿਆ। ਤੁਸੀਂ ਦੇਖ ਰਹੇ ਹੋ ਕਿ ਸਮੁੱਚੀਆਂ ਜਥੇ ਸਿੱਖ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਇਸ ਵਕਤ ਇੱਥੇ ਪਹੁੰਚੇ ਹੋਏ ਨੇ, ਉਹਨਾਂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਨਾਮ ਤੇ ਮੰਗ ਪੱਤਰ ਜਿਹੜਾ ਉਹ ਸੌਂਪਿਆ ਗਿਆ, ਜਿਸ ਦੇ ਵਿੱਚ ਜਿਹੜੀ ਆ ਗੱਲਬਾਤ ਕਰਦੇ ਆ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਵੀ ਕਿ ਆਖਿਰ ਜਿਹੜਾ ਮੰਗ ਪੱਤਰ ਦੇ ਵਿੱਚ ਕੀ ਜਿਹੜਾ ਉਹ ਕੀ ਮੰਗਾਂ ਨੇ ਔਰ ਇਹਨਾਂ ਬਾਰੇ ਜਿਹੜਾ ਵਿਚਾਰ ਜਿਹੜਾ ਉਹ ਕਿਹੜੀਆਂ ਸੰਸਥਾਵਾਂ ਜਿਹੜੀਆਂ ਇਸ ਵਕਤ ਨਾਲ ਜਿਹੜੀਆਂ ਚੱਲ ਰਹੀਆਂ ਨੇ। ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਮੁੱਚੀਆਂ ਜਥੇਬੰਦੀਆਂ ਵੱਲੋਂ ਮੰਗ ਪੱਤਰ ਸੌਂਪਿਆ ਗਿਆ। ਹਾਂਜੀ ਬਾਬਾ ਜੀ, ਮੰਗ ਪੱਤਰ ਸੌਂਪਿਆ ਗਿਆ ਜਥੇਬੰਦੀਆਂ ਵੱਲੋਂ। ਹਾਂਜੀ, ਪਹਿਲਾਂ ਕਲੀਅਰ ਕਰਦਾ, ਇਹ ਮਸ਼ਵਰਾ ਆਇਆ ਜੀ, ਇਹ ਪੰਜ ਸਿੰਘ ਸਾਹਿਬਾਨਾਂ ਵੱਲੋਂ ਜੋ ਕੀਤਾ ਗਿਆ ਆ ਉਹ ਮਸ਼ਵਰਾ ਆ। ਤੋ ਇਹ ਜਿਵੇਂ ਆਪ ਜੀ ਨੂੰ ਦੱਸਿਆ ਹੀ ਆ ਕਿ ਇਹ ਮਸ਼ਵਰਾ ਮਤਲਬ ਅਸੀਂ ਜੋ ਉੱਥੇ ਪੰਥ ਸੇਵਕ ਜਥਾ ਦੁਆਬਾ ਵੱਲੋਂ ਕੀਤਾ ਗਿਆ ਸੀ, ਗੁਰਮਤਿ ਪੰਥਕ ਇਕੱਤਰਤਾ ਕੀਤੀ ਗਈ ਸੀ, ਉਹਦੇ ਵਿੱਚ ਪੰਜ ਸਿੰਘ ਸਾਹਿਬਾਨ ਚੁਣ ਕੇ, ਪੰਜ ਸਿੰਘ ਮੌਕੇ ਤੇ ਚੁਣ ਕੇ ਉਹਨਾਂ ਵੱਲੋਂ ਜੋ ਸਾਂਝੀ ਰਾਏ ਆਈ ਸਾਰੀ ਸੰਗਤ ਵੱਲੋਂ, ਜੋ ਉੱਥੇ ਗੁਰਮਤਿ ਕੀਤਾ ਗਿਆ ਉਹਦੇ ਅਧੀਨ ਇਹ ਕੀਤਾ ਗਿਆ। ਕੀ ਵਿੱਚ ਜਿਹੜੀਆਂ ਹੈਗੀਆਂ ਨੇ ਜਿਹੜੇ ਸੁਝਾਅ ਜਿਹੜੇ ਦਿੱਤੇ ਗਏ ਨੇ ਇਹਦੇ ਵਿੱਚ, ਜਿਵੇਂ ਆਪ ਜੀ ਨੂੰ ਦੱਸਿਆ ਹੀ ਹੈ ਕਿ ਗੁਰੂ ਖਾਲਸਾ ਪੰਥ ਜਿਹੜਾ ਉਹ ਸਿਰਫ 2-4 ਧੜਿਆਂ ਲੜਨ ਵਾਲੇ ਧੜਿਆਂ ਤੱਕ ਨਹੀਂ, ਵੋਟਾਂ ਲੜਨ ਵਾਲੇ ਧੜਿਆਂ ਤੱਕ ਸੀਮਿਤ ਨਹੀਂ ਆ। ਤੋ ਗੁਰੂ ਖਾਲਸਾ ਪੰਥ ਤਾਂ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਹੈ। ਸੋ ਗੁਰੂ ਖਾਲਸਾ ਪੰਥ ਤਿਆਰ ਬੁਰ ਤਿਆਰ ਸਿੰਘਾਂ ਦਾ ਇੱਕ ਸਰਬੱਤ ਦਾ ਸਮੂਹ ਆ। ਸੋ ਸਾਡਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਸ਼ਵਰਾ ਹੈ ਕਿ ਜਿਹੜੀ 30 ਤਰੀਕ ਨੂੰ ਇਹਨਾਂ ਨੇ ਇੱਥੇ ਸੱਦੀ ਇਕੱਤਰਤਾ, ਉਹ ਆਪਣੇ ਤੌਰ 'ਤੇ ਕੋਈ ਫੈਸਲਾ ਨਾ ਲੈਣ, ਉਹਦੀ ਬਜਾਏ ਉਹ ਸਮੂਹ ਜਥੇਬੰਦੀਆਂ ਨੂੰ, ਸਮੂਹ ਸੰਪਰਦਾਵਾਂ ਦਲ ਪੰਥਾਂ ਨੂੰ ਸੱਦ ਕੇ ਤੇ ਉਹਨਾਂ ਦੀ ਸਾਂਝੀ ਰਾਏ ਵਿੱਚ ਗੁਰਮਤਾ ਕਰਨ। ਇਸ ਤੋਂ ਪਹਿਲਾਂ ਵੀ ਜਿਹੜੇ ਕਈ ਜਥੇਬੰਦੀਆਂ ਪੇਸ਼ ਹੋ ਕੇ ਮੰਗ ਪੱਤਰ ਆਪਣੇ ਦੇ ਚੁੱਕੀਆਂ ਨੇ ਕਿ ਮਹਿਜ਼ ਜੋੜਾ ਘਰ ਦੀ ਸੇਵਾ ਦੇ ਕੇ ਜਾਂ ਕੀਰਤਨ ਸੁਣਨ ਦੀ ਜਿਹੜੀ ਹੈ ਉਹ ਸਜ਼ਾ ਸੁਣਾ ਕੇ ਹੀ ਨਾ ਪੂਰਾ ਕਰ ਦਿੱਤੇ, ਸਖ਼ਤ ਬਜਰ ਗਲਤੀਆਂ ਕੀਤੀਆਂ ਗਈਆਂ ਨੇ, ਸਜ਼ਾਵਾਂ ਵੀ ਸਖ਼ਤ ਹੋਣੀਆਂ ਚਾਹੀਦੀਆਂ। ਨਹੀਂ ਜੀ, ਦੇਖੋ ਮੈਂ ਫੇਰ ਬਾਰ ਬਾਰ ਕਹਿ ਰਿਹਾ, ਉਹਨਾਂ ਨੇ ਮੰਗ ਪੱਤਰ ਦਿੱਤੇ ਹੋਣਗੇ ਪਰ ਇਹ ਸਾਡਾ ਮੰਗ ਪੱਤਰ ਨਹੀਂ ਆ, ਇਹ ਸਾਡਾ ਮਸ਼ਵਰਾ ਆ। ਜੋ ਹੋਣਾ ਆ, ਫੈਸਲਾ ਹੋਣਾ ਆ, ਸਾਡਾ ਇਹ ਮਸ਼ਵਰਾ ਆ, ਉਹਨਾਂ ਨੂੰ ਮੰਨਣਾ ਨਾ ਮੰਨਣਾ ਉਹਨਾਂ ਦੇ ਅਖਤਿਆਰ 'ਚ। ਅਸੀਂ ਇਹ ਮਸ਼ਵਰਾ ਦਿੱਤਾ ਕਿ ਬਿਨਾਂ ਇਕੱਤਰਤਾ ਤੋਂ, ਬਿਨਾਂ ਦਲ ਪੰਥਾਂ ਤੋਂ ਨਾ ਸੱਦਿਆ ਜਾਵੇ। ਹੋਰ ਜਿਹੜੀ ਵਿੱਚ ਮੰਗ ਰੱਖੀ ਗਈ ਸੀ ਅਕਾਲ ਤਖ਼ਤ ਸਾਹਿਬ ਨੂੰ ਰਾਜਨੀਤਿਕ ਪਾਰਟੀ ਤੋਂ ਮੁਕਤ ਕਰਨ ਦੀ ਗੱਲ ਕੀਤੀ ਗਈ, ਉਹ ਕਿਹੜੀ ਪਾਰਟੀ ਜਿਹੜੀ ਰਾਜਨੀਤੀ ਅਕਾਲ ਤਖ਼ਤ ਸਾਹਿਬ 'ਤੇ ਵੀ ਹਾਵੀ ਹੋਈ? ਨਹੀਂ, ਆਪ ਸਭ ਨੂੰ ਪਤਾ ਆ ਕਿ ਅਕਾਲ ਤਖ਼ਤ ਸਾਹਿਬ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਅਧੀਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਉੱਤੇ ਬਾਦਲ ਦਲ ਕਾਬਜ ਆ, ਬਾਦਲ ਦਲ ਜਿਹੜਾ ਆ ਉਹ ਬਾਦਲ ਪਰਿਵਾਰ ਚਲਾਉਂਦਾ ਆ। ਸੋ ਅਲਟੀਮੇਟਲੀ ਸਾਰੀ ਗੱਲ ਤਾਂ ਜਾ ਕੇ ਇੱਕ ਪਰਿਵਾਰ 'ਤੇ ਖੜ ਜਾਂਦੀ ਆ। ਸੋ ਇਹ ਨਹੀਂ ਵੀ ਇਕੱਲੇ ਬਾਦਲ ਪਰਿਵਾਰ ਦੀ, ਕਿਸੇ ਵੀ ਹੋਰ ਵੀ ਵੋਟਾਂ ਲੜਨ ਵਾਲੀਆਂ ਧਿਰਾਂ ਨੇ, ਪੰਥਕ ਧਿਰਾਂ ਵੀ ਨੇ ਵੋਟਾਂ ਲੜਨ ਵਾਲੀਆਂ। ਅਕਾਲ ਤਖ਼ਤ ਸਾਹਿਬ ਕਿਸੇ ਵੋਟਾਂ ਲੜਨ ਵਾਲੀਆਂ ਧਿਰਾਂ ਦੇ ਥੱਲੇ ਨਾ ਪਹਿਲਾਂ ਕਦੀ ਚੱਲਿਆ ਆ ਨਾ ਚੱਲ ਸਕਦਾ ਆ, ਤਾਂ ਕਰਕੇ ਇੱਥੇ ਸਹੀ ਫੈਸਲੇ ਨਹੀਂ ਹੋ ਰਹੇ। ਸੋ ਇਹ ਅਕਾਲ ਤਖ਼ਤ ਸਾਹਿਬ ਇੱਕ ਸੁਤੰਤਰ ਆ, ਸੁਤੰਤਰ ਰੂਪ 'ਚ ਇੱਕ ਤਖ਼ਤ ਆ, ਇਹ ਗੁਰਦੁਆਰਾ ਸਾਹਿਬ ਨਹੀਂ ਆ। ਇਹ ਗੱਲ ਸਮਝਣ ਵਾਲੀ, ਇਹ ਗੁਰਦੁਆਰਾ ਸਾਹਿਬ ਨਹੀਂ, ਇਹ ਤਖ਼ਤ ਆ ਸਿੱਖਾਂ ਦਾ। ਤੋ ਤਖ਼ਤ ਤੋਂ ਜੋ ਫੈਸਲੇ ਹੋਣੇ ਆ, ਤਖ਼ਤ ਦਾ ਜੋ ਸੇਵਾ ਸੰਭਾਲ ਅਤੇ ਪਹਿਰੇਦਾਰੀ ਆ, ਉਹ ਗੁਰੂ ਖਾਲਸਾ ਪੰਥ ਦਾ ਇਹ ਤਖ਼ਤ ਆ। ਗੁਰੂ ਖਾਲਸਾ ਪੰਥ
ਵੋਟਾਂ ਲੜਨ ਵਾਲੀਆਂ ਧਿਰਾਂ ਦਾ ਤੱਕ ਸੀਮਿਤ ਨਹੀਂ ਹੈ। ਗੁਰੂ ਖਾਲਸਾ ਪੰਥ ਬਹੁਤ ਵੱਡਾ ਵਿਸ਼ਾਲ ਆ, ਇਸ ਕਰਕੇ ਉਹ ਤੋਂ ਬਾਹਰ ਹੋਣਾ ਚਾਹੀਦਾ, ਵੋਟਾਂ ਵਾਲੀਆਂ ਧਿਰਾਂ ਤੋਂ ਮੁਕਤ ਹੋਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਦੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਬਰਗਾੜੀ ਕਾਂਡ ਵਾਪਰਿਆ, ਜਿਹੜਾ ਗੁਰੂ ਸਾਹਿਬ ਦੀ ਬੇਅਦਬੀ, ਸੋਧਾ ਸਾਹਿਬ ਨੂੰ ਮਾਫ਼ੀ ਦਿੱਤੀ ਗਈ, ਔਰ ਹੁਣ ਕਹਿੰਦੇ ਨੇ ਕਿ ਅਸੀਂ ਆਪਣੀਆਂ ਗਲਤੀਆਂ ਸਵੀਕਾਰ ਕਰਦੇ ਹਾਂ। ਲੱਗਦਾ ਵੀ ਗਲਤੀਆਂ ਸਵੀਕਾਰ ਕਰਨ ਦੇ ਨਾਲ ਸਾਰਾ ਜਿਹੜਾ ਉਹ ਖਤਮ ਹੋ ਚੁੱਕਿਆ? ਉਹ ਤੁਹਾਡੇ ਸਾਹਮਣੇ ਉਹਨਾਂ ਦਾ ਪਿਛਲਾ ਅਮਲ ਪਿਆ ਆ। ਜੇ ਉਹਨਾਂ ਨੂੰ ਲੱਗਦਾ ਉਹ ਗਲਤੀਆਂ ਸਵੀਕਾਰ ਕਰਦੇ ਆ, ਮੰਨ ਲਓ ਜੇ ਉਹਨਾਂ ਨੂੰ ਤੁਹਾਨੂੰ ਲੱਗਦਾ ਆ ਜਾਂ ਲੋਕਾਂ ਨੂੰ ਲੱਗਦਾ ਆ, ਤਾਂ ਤਿਆਗ ਦੀ ਭਾਵਨਾ ਦਿਖਾਉਣ। ਉਹ ਤਿਆਗ ਦੀ ਭਾਵਨਾ ਦਿਖਾ ਕੇ ਅਕਾਲ ਤਖ਼ਤ ਸਾਹਿਬ ਨੂੰ ਗੁਰੂ ਖਾਲਸਾ ਪੰਥ ਦੀ ਸੇਵਾ ਸੰਭਾਲ ਦੇ ਵਿੱਚ ਦੇ ਦੇਣ, ਛੱਡ ਦੇਣ ਇੱਥੋਂ। ਅਸੀਂ ਤਾਂ ਕਹਿ ਰਹੇ ਕਿ ਉਹ ਆਪਣੀ ਤਿਆਗ ਦੀ ਭਾਵਨਾ ਦਿਖਾਉਣ, ਤਾਂ ਹੀ ਪਤਾ ਲੱਗੂਗਾ ਨਾ। ਕੋਈ ਤਿਆਗ ਦੀ ਭਾਵਨਾ ਦਿਖਾਉਣਗੇ ਪਤਾ ਲੱਗੂਗਾ ਕਿ ਹਾਂ ਅਸੀਂ ਗਲਤੀਆਂ ਦਾ ਅਹਿਸਾਸ ਕਰ ਲਿਆ, ਕੁਛ ਛੱਡਣ ਨੂੰ ਉਹ ਤਾਂ ਛੱਡਣ ਨੂੰ ਤਾਂ ਕੁਛ ਤਿਆਰ ਨਹੀਂ, ਇਵੇਂ ਕਿਵੇਂ ਪੰਥ ਮੰਨ ਲਵੇ। ਸੋ ਜੇ ਉਹ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਅਕਾਲ ਤਖ਼ਤ ਸਾਹਿਬ ਨੂੰ ਗੁਰੂ ਖਾਲਸਾ ਪੰਥ ਦੇ ਸੇਵਾ ਸੰਭਾਲ 'ਚ ਦੇ ਦੇਣ, ਤਾਂ ਗੁਰੂ ਖਾਲਸਾ ਪੰਥ ਆਪੇ ਦੀ ਸੇਵਾ ਕਰ ਲਏਗਾ। ਬਿਲਕੁਲ ਜੀ, ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ, ਔਰ ਕਿਤੇ ਨਾ ਕਿਤੇ ਵੇਖਿਆ ਜਾਵੇ ਤਾਂ ਸਿੱਧੇ ਤੌਰ 'ਤੇ ਇਹ ਕਿਹਾ ਗਿਆ ਕਿ ਜਿਹੜੀ ਜੋ ਮੁਆਫ਼ੀਨਾਮਾ, ਜਿਹੜਾ ਮੁਆਫ਼ੀਨਾਮਾ ਸੁਖਬੀਰ ਬਾਦਲ ਵੱਲੋਂ ਦਿੱਤਾ ਗਿਆ, ਮੁਆਫ਼ੀ ਜਿਹੜੀ ਆ ਮੰਗੀ ਗਈ ਆ, ਮਹਿਜ਼ ਉਹ ਕਾਫੀ ਨਹੀਂ ਹੈ, ਕਿਉਂਕਿ ਗਲਤੀਆਂ ਜਿਹੜੀਆਂ ਹੋਈਆਂ ਨੇ ਉਹਨਾਂ ਦੀ ਸਜ਼ਾ ਜਿਹੜੀ ਆ ਉਹ ਮਿਲਣੀ ਜਿਹੜੀ ਆ ਬਣਦੀ ਹੈ। ਔਰ ਜਿਹੜੇ ਹੋਰ ਵੀ ਕਈ ਪੰਥਕ ਆਗੂ ਆ ਉਹਨਾਂ ਦੇ ਨਾਲ ਵੀ ਜਿਹੜੀ ਆ ਉਹ ਗੱਲਬਾਤ ਕਰ ਲੈਂਦੇ ਹਾਂ ਕਿ ਆਖਿਰ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ। ਫਿਲਹਾਲ ਤਸਵੀਰਾਂ ਅਕਾਲ ਤਖ਼ਤ ਸਾਹਿਬ ਦੇ ਬਾਹਰ ਦੀਆਂ ਨੇ, ਔਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਔਰ ਗੱਲਬਾਤ ਵੀ ਜਿਹੜੀ ਆ ਉਹ ਆਗੂਆਂ ਦੇ ਨਾਲ ਜਿਹੜੀ ਆ ਉਹ ਜ਼ਰੂਰ ਇਸ ਵਕਤ ਕਰਾਂਗੇ ਕਿ ਆਖਿਰ ਕੀ ਜਿਹੜਾ ਇਸ ਮਾਮਲੇ ਵਿੱਚ ਕਹਿਣਾ। ਹਾਂਜੀ ਬਾਬਾ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਆਪਣਾ ਨਾਮ ਦੱਸ। ਲਾਲ ਸਿੰਘ ਭਾਈ, ਅੱਜ ਇੱਥੇ ਇੱਕ ਸੁਝਾਅ ਪੱਤਰ ਸੌਂਪਿਆ ਗਿਆ, ਮੰਗ ਪੱਤਰ ਸੁਝਾਅ ਪੱਤਰ ਸੌਂਪਿਆ ਗਿਆ, ਕਿਵੇਂ ਦੇਖਦੇ ਹੋ, ਕੀ ਕੁਝ ਵਿੱਚ ਲਈ? ਇਹ ਜੋ ਹੁਣ ਮੌਜੂਦਾ ਹਾਲਾਤ ਹੈ ਉਹਨਾਂ ਨੂੰ ਮੁੱਖ ਰੱਖਦੇ, ਇਕੱਤਰਤਾ ਹੋਈ ਸੀ ਨਵਾਂ ਸ਼ਹਿਰ ਗੁਰਦੁਆਰਾ ਸਾਹਿਬ ਵਿਖੇ, ਉੱਥੇ ਗੁਰਮਤੇ ਪਾਸ ਕੀਤੇ ਗਏ, ਅਤੇ ਉਹਦੇ ਹਿਸਾਬ ਨਾਲ ਵੀ ਆਉਣ ਵਾਲੀਆਂ SDPC ਚੋਣਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੋ ਪ੍ਰਬੰਧ ਹੈ ਉਹ ਪੁਰਾਤਨ ਰੀਤਾਂ ਮਰਿਆਦਾ ਅਨੁਸਾਰ ਚਲਾਇਆ ਜਾਵੇ, ਕੀਤਾ ਜਾਵੇ। ਉਹ ਉੱਥੇ ਸਿੰਘਾਂ ਨੇ ਮਤਾ ਪਾਸ ਕਰਕੇ ਸੁਝਾਅ ਮੌਜੂਦਾ ਪ੍ਰਬੰਧਕਾਂ ਲਈ ਅਸੀਂ ਲੈ ਕੇ ਆਏ ਹਾਂ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਹਰ ਜਥੇਬੰਦੀ ਕੋ, ਹਰ ਪੰਥਕ ਸ਼ਖਸੀਅਤ ਕੋ, ਹਰ ਇਲਾਕੇ ਵਿੱਚ ਜਾ ਕੇ ਆਪਾਂ ਇਹ ਕੋਸ਼ਿਸ਼ ਕਰਾਂਗੇ ਕਿ ਜਿਹੜਾ ਨਾ 30 ਅਗਸਤ ਨੂੰ ਫੈਸਲਾ ਹੋਣਾ ਉਹਦੇ ਵਿੱਚ ਗੁਰ ਮਰਿਆਦਾ ਅਨੁਸਾਰ ਜੋ ਸਾਡੀ ਚੱਲਦੀ ਆ ਅਤੇ ਕੋਈ ਮਤਾ ਪਾਸ ਹੋ ਸਕੇ। ਅਕਾਲ ਤਖ਼ਤ ਸਾਹਿਬ ਨੂੰ ਰਾਜਨੀਤਿਕ ਪਾਰਟੀ ਤੋਂ ਮੁਕਤ ਕਰਨ ਦੀ ਜਿਹੜੀ ਆ ਉਹ ਗੱਲ ਕੀਤੀ ਗਈ ਆ, ਉਹਦੇ ਬਾਰੇ ਕੀ ਕਹੋਗੇ? ਕਿਹੜੀ ਰਾਜਨੀਤਿਕ ਪਾਰਟੀ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਉੱਤੇ ਇੱਕ ਦੁਨੀਆ ਦੇ ਸਿੰਘਾਂ ਦਾ ਸਾਂਝਾ ਜਥਾ, ਜੋ ਪਹਿਲਾਂ ਜਥਾ ਜਿੱਦਾਂ ਚੱਲਦਾ ਸੀ, ਇੱਕ ਸਿੰਘ ਸਾਂਝਾ ਜਥਾ ਕਾਇਮ ਹੋਵੇ, ਕੀਤਾ ਜਾਵੇ, ਉਹ ਅਕਾਲ ਤਖ਼ਤ ਸਾਹਿਬ ਨੂੰ ਪ੍ਰਬੰਧ ਨੂੰ ਚਲਾਵੇ, ਨਾ ਕਿ ਵੋਟਾਂ ਦੇ ਅਧੀਨ ਹੋਵੇ, ਨਾ ਕਿਸੇ ਸੰਸਥਾ ਦੇ ਅਧੀਨ ਹੋਵੇ। ਜੋ ਪੁਰਾਤਨ ਸਮਿਆਂ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਸੀਗਾ, ਜਥੇਦਾਰ ਜੋ ਅਕਾਲ ਤਖ਼ਤ ਸਾਹਿਬ ਦੇ ਉਹ ਜਥੇ ਦੇ ਸੀਗੇ, ਅਤੇ ਜਥੇ ਵੱਲੋਂ ਇਹਦਾ ਹੀ ਪ੍ਰਬੰਧ ਚਲਾਇਆ ਜਾਵੇ। ਆਖਰੀ ਸਵਾਲ ਹੈ ਇਸ ਤੋਂ ਹਟ ਕੇ ਕਿ ਇੱਕ ਨਵੀਂ ਫਿਲਮ ਆ ਰਹੀ ਹੈ ਐਮਰਜੈਂਸੀ, ਜਿਸ ਦੇ ਵਿੱਚ ਸੰਤ ਜਰਨੈਲ ਸਿੰਘ ਦੇ ਕਿਰਦਾਰ ਨੂੰ ਦਿਖਾਇਆ ਗਿਆ ਕਿ ਖਾਲਿਸਤਾਨ ਦੀ ਮੰਗ ਕਰ ਰਹੇ ਨੇ, ਔਰ ਸਿੱਖਾਂ ਦਾ ਇੱਕ ਵੱਖਰਾ ਹੀ ਰੂਪ ਪੇਸ਼ ਕੀਤਾ ਗਿਆ ਉਹਦੇ ਬਾਰੇ? ਉਹ ਫਿਲਮ ਉਹਨਾਂ ਨੇ ਇਹ ਕੀਤੀ, ਉਹਦੇ ਬਾਰੇ ਕਾਫੀ ਵਾਦ ਵਿਵਾਦ ਚੱਲਿਆ ਆ, ਅਤੇ ਉਹਦੇ ਬਾਰੇ ਵੀ ਕਿਹਾ ਜਾਊਗਾ ਵੀ ਉਹਨੂੰ ਕੀਤਾ ਵੀ, ਕਿਉਂਕਿ ਇੱਦਾਂ ਕਿਸੇ ਦੀ ਭਾਵਨਾਵਾਂ ਨੂੰ ਆਪਣੇ ਥੇਸ ਪਹੁੰਚਾਉਣੀ ਅਤੇ ਆਪਣੇ ਕਾਨੂੰਨ 'ਤੇ ਨਹੀਂ ਆਉਂਦਾ ਕਿ ਇਹ ਗਲਤ ਗੱਲ ਹੈ ਕਿ ਜੋ ਕੀਤਾ ਜਾਵੇ, ਅਤੇ ਅਸੀਂ ਉਹਦੇ ਬਾਰੇ ਵੀ ਕਰ ਰਹੇ ਗਲਤੀ। ਬਿਲਕੁਲ ਜੀ, ਬਿਲਕੁਲ ਜਿਹੜੀ ਆ ਗੱਲਬਾਤ ਕੀਤੀ ਆ ਜਿਹੜੇ ਜਥੇਦਾਰ ਸਾਹਿਬ ਇੱਥੇ ਮੰਗ ਪੱਤਰ ਲੈ ਕੇ ਪਹੁੰਚੇ ਨੇ, ਔਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਇਸ ਸੰਬੰਧ ਵਿੱਚ ਜਿਹੜੀ ਆ ਉਹ ਵੱਡੀ ਪੱਧਰ 'ਤੇ ਇਸ ਵਕਤ ਜਿਹੜਾ ਸੁਝਾਅ ਪੱਤਰ, ਮੰਗ ਪੱਤਰ ਨਹੀਂ, ਇਹਨਾਂ ਦਾ ਕਹਿਣਾ ਕਿ ਸੁਝਾਅ ਪੱਤਰ ਜਿਹੜਾ ਉਹ ਸੌਂਪਿਆ ਗਿਆ।
ਔਰ ਹੋਰ ਵੀ ਇੱਥੇ ਆਗੂ ਮੌਜੂਦ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਾਂ।